ਔਰ ਕਦੀ ਕੋਈ ਬੰਦਾ ਕਦੀ ਸਾਬਤ ਨਹੀਂ ਕਰ ਸਕਦਾ ਕਦੀ ਜਿਹੜਾ ਮੈਂ ਘੁੱਟ ਕੇ ਕਦੀ ਆਖਿਆ ਨਾ ਇੰਜ ਹੀ ਕਹਿਣਾ ਕਿ ਕਦੀ ਕੋ ਬੰਦਾ ਸਾਬਤ ਨਹੀਂ ਕਰ ਸਕਦਾ ਦੁਨੀਆ ਦੇ ਵਿੱਚੋਂ ਇਹ ਇਹ ਕਿਹੜੀ ਜਗ੍ਹਾ ਹੈ ਬਲਾ ਇਹ ਜਲਾਲਪੁਰ ਜਟਾਂ ਜੇ ਤੇ ਇਹ ਜਿਹੜਾ ਰੋੜ ਇਹਦਾ ਕੀ ਨਾਮ ਹੈ ਇਹਦਾ ਗੁਜਰਾਤ ਰੋੜ ਅੱਛਾ ਗੁਜਰਾਤ ਰੋੜ ਯਾਨੀ ਸਿੱਧਾ ਗੁਜਰਾਤ ਨੂੰ ਜਾਂਦੇ ਅਚਾਨੀ ਚੋਂ ਅਚਾਨੀ ਚੋਂ ਗੁਜਰਾਤ ਰੋੜ ਤੁਸੀਂ ਆ ਜਾ ਰਹੇ ਹੋ ਅੱਛਾ ਅੱਛਾ ਕੀ ਨਾਮ ਦਾ ਦੁਕਾਨ ਦਾ ਪਾਕ ਸ਼ੂਜ਼ ਪਾਕ ਸ਼ੂਜ਼ ਯਾਰ ਦਰਅਸਲ ਤੁਹਾਡੀ ਮੁਹੱਬਤ ਵਾਸਤੇ ਅਸੀਂ ਆ ਕੇ ਬਹਿ ਗਏ ਆ ਵੈਸੇ ਅਸੀਂ ਚੱਲੇ ਸਾਂ ਅਗਾ ਕੰਮ ਸੀ ਕੋਈ ਤੇ ਇਸ ਵਾਸਤੇ ਤੁਹਾਡੀ ਮਿਹਰਬਾਨੀ ਇੱਕ ਬਸ ਐ ਮੁਸਕਰਾ ਕੇ ਤੁਹਾਡਾ ਮਿਲਣਾ ਹੀ ਸਾਰਾ ਕੁਝ ਜ਼ਰੂਰੀ ਨਹੀਂ ਹੁੰਦਾ ਕਿ ਇੱਕ ਬੰਦਾ ਗਿਫਟ ਦੇ ਤੇ ਉਹਦੀ ਵੈਲਿਊ ਜ਼ਿਆਦਾ ਹੁੰਦੀ ਹੈ ਜਿਹੜਾ ਨਾ ਦੇ ਉਹਦੀ ਮਤਲਬ ਕਿ ਉਹ ਵੈਲਿਊ ਨਹੀਂ ਸਾਡੇ ਵਾਸਤੇ ਤੁਸੀਂ ਕਾਬਲੇ ਇਤਰਾਮ ਨਹੀਂ ਸਰ ਪਤਾ ਹੀ ਗੱਲ ਹੈ ਪਹਿਲੀ ਗੱਲ ਤਾਂ ਮੈਂ ਚੱਲਾਂ ਸਾਬ ਬਿਲ ਤਾਰਨ ਅੱਛਾ ਅੱਛਾ ਤੇ ਮੈਂ

ਮੈਂ ਕਹਿੰਨਾ ਕਮਾਲ ਠੀਕ ਹੈ ਨਾ ਆਪੂ ਵੀ ਤੇ ਮਾਸ਼ਾਅੱਲਾ ਹੈ ਹੀ ਹੈ ਨਾ ਲੇਕਿਨ ਲਫ਼ਜ਼ ਕਮਾਲ ਦੇਣਾ ਠੀਕ ਹੈ ਨਾ ਤਾਂ ਮੈਂ ਬੜਾ ਖੁਸ਼ਕਿਸਮਤ ਆ ਜਿਹੜੇ ਮੇਰੇ ਤੁਸੀਂ ਦੁਕਾਨ ਦੇ ਵਿੱਚ ਆਏ ਹੋ ਤੇ ਮੈਨੂੰ ਬੜੀ ਖੁਸ਼ੀ ਹੋਈ ਕਿ ਤੁਸੀਂ ਸਾਡੇ ਜਲਾਲਪੁਰ ਜੱਟਾਂ ਚਾਨੀ ਚੌਂਕ ਪਾਕ ਸ਼ੂਜ਼ ਖਲੋਤੇ ਹੋ ਤੁਹਾਡੀ ਮੁਹੱਬਤ ਤੁਹਾਡਾ ਪਿਆਰ ਤੁਹਾਡੀ ਇਹ ਸ਼ਫਕਤ ਜਿਹੜੀ ਸਾਨੂੰ ਯਾਦ ਰਹੇਗੀ ਬਾਕੀ ਟਾਈਮ ਕਾਫੀ ਅਸਾਂ ਨਾ ਜਾਣਿਆਗਾ ਸਮਣ ਕੇ ਨਹੀਂ ਸਰ ਇੰਜ ਨਹੀਂ ਹੋਣਾ ਖੇੜੀ ਪਾਣੀ ਜੇ ਕਿ ਜੁੱਤੀ ਪਾਣੀ ਜੀ ਬੰਦ ਜੁੱਤੀ ਪਾਓਗੇ ਖੁਸ਼ ਹੋ ਕੇ ਕਿ ਖੇੜੀ ਪਾਓਗੇ ਇੰਨਾ ਦੇ ਸਿਰਦਾਰ ਅੱਲਾ ਦੀ ਕਸਮ ਮੇ ਦਿਲੋਂ ਪਿਆਣਾ ਯਾਨੀ ਕਿ ਵੀਡੀਓ ਸਾਰੇ ਮੇਰੀ ਗੱਲ ਸੁਣੋ ਮੈਂ ਵੀ ਦਿਲੋਂ ਕਸਮ ਵਾਲੀ ਗੱਲ ਹੈ ਹਾਲਾਂਕਿ ਅੱਜ ਤੱਕ ਮੈਂ ਕਦੀ ਆਪਣੇ ਸਕੇ ਭਰਾ ਨੂੰ ਵੀ ਨਹੀਂ ਆਖਿਆ ਕਿ ਭਾਜੀ ਤੁਸੀਂ ਜੁੱਤੀ ਪਾਓ ਠੀਕ ਹੈ ਤੁਹਾਨੂੰ ਕਸਮ ਵਾਲੀ ਗੱਲ ਦਿਲੋਂ ਵੇਖੋ ਕਿਸੇ ਬੰਨੇ ਨਾਲ ਤੁਸੀਂ ਦਿਲੋਂ ਪਿਆਰ ਕਰਦੇ ਹੋ ਨਾ ਐਨੀ ਕਿ ਚੀਜ਼ ਦਾ ਤੁਹਾਡੇ ਮਹਤਾਜ ਹੈ ਉਹ ਤੁਹਾਡੀ ਚੀਜ਼ਾਂ ਨਹੀਂ ਤੁਹਾਡੇ ਪਿਆਰ ਦਾ ਮਹਤਾਜ ਹੁੰਦਾ ਮੈਨੂੰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮੇਰੇ ਹਜ਼ਾਰਾਂ ਪਿਆਰ ਕਰਨ ਵਾਲੇ ਚਾਣ ਵਾਲੇ ਮੇਰੇ ਵੀਰ ਦੋਸਤ ਅ ਗਲਫ ਦੇ ਵਿੱਚ ਵੀ ਨੇ ਯੂਰਪ ਚ ਵੀ ਨੇ ਅਮਰੀਕਾ ਕਹਿੰਦੇ ਯਾਨੀ ਹਰ ਜਗ੍ਹਾ ਉਹ ਜਦੋਂ ਆਉਣ ਲੱਗਦੇ ਨੇ ਨਾ ਛੁੱਟੀ ਤੇ ਉਹ ਮੈਨੂੰ ਆਦੇ ਨੇ ਕਿ ਅਸੀਂ ਤੁਹਾਡੇ ਵਾਸਤੇ ਕਿਹੜਾ ਗਿਫਟ ਲਿਆਇਏ ਅੱਛਾ ਮੈਨੂੰ ਇਨੀ ਸ਼ਰਮ ਆਉਂਦੀ ਉਹਨਾਂ ਨੂੰ ਦੱਸ ਦਿਆਂ ਕਿ ਮੈਂ ਉਹਨਾਂ ਨੂੰ ਕੀ ਆਖ ਰਿਹਾ ਕਿ ਮੇਰੇ ਵਾਸਤੇ ਇਹ ਚੀਜ਼ ਲਿਆਓ ਮੈਂ ਨਾ ਇੱਥੇ ਅੱਲਾਹ ਦਾ ਦਿੱਤਾ ਸਾਰਾ ਕੁਝ ਏ ਬਸ ਤੁਸੀਂ ਆ ਕੇ ਮਿਲ ਲਵੋ ਯਾਨੀ ਕਿ ਮੈਨੂੰ ਕਿਸੇ ਨੂੰ ਕਹਿੰਦਿਆਂ ਸ਼ਰਮ ਆਉਂਦੀ ਹੈ ਕਿ ਆਹੋ ਤੁਸੀਂ ਆਉਂਦੇ ਮੇਰੇ ਲਈ ਪਰਫਿਊਮ ਲੈ ਆਵੋ ਘੜੀ ਲੈ ਆਵੋ ਔਰ ਕਦੀ ਕੋਈ ਬੰਦਾ ਕਦੀ ਸਾਬਤ ਨਹੀਂ ਕਰ ਸਕਦਾ ਕਦੀ ਜਿੱਦਾਂ ਮੈਂ ਘੁੱਟ ਕੇ ਕਦੀ ਆਖਿਆ ਨਾ ਇੰਜ ਹੀ ਕਹਿਣਾ ਕਿ ਕਦੀ ਕੋ ਬੰਦਾ ਸਾਬਤ ਨਹੀਂ ਕਰ ਸਕਦਾ ਦੁਨੀਆ ਦੇ ਵਿੱਚੋਂ ਕਿ ਮੈਂ ਕਦੀ ਕਿਸੇ ਨੂੰ ਇਹ ਆਖਿਆ ਹੋਵੇ ਕਿ ਮੇਰੇ ਵਾਸਤੇ ਆਉਂਦਿਆਂ ਪਰਫਿਊਮ ਲਿਆਵੇਂ ਘੜੀ ਲਿਆਵੇਂ ਜਾਂ ਉਤੋਂ ਦੀ ਕੋਈ ਚੀਜ਼ ਵੀ ਲਿਆਵੇਂ ਕਦੀ ਨਹੀਂ ਕਿਸੇ ਨੂੰ ਆਖਿਆ ਔਰ ਬਲਕਿ ਕੋਈ ਆਖੇ ਤੇ ਸ਼ਰਮਾਨਾ ਝਾਕਣਾ ਕਿ ਯਾਰ ਨਹੀਂ ਜਿਹੜਾ ਨਾ ਬਲਕਿ ਤੋਹਫੇ ਨੂੰ ਕਿਸੇ ਦੀ ਦਾਵਤ ਨੂੰ ਜਾਂ ਕਿਸੇ ਦੀ ਸਲਾਮ ਨੂੰ ਨਬੀ ਪਾਕ ਦਾ ਫਰਮਾਨ ਇਹ ਕਬੂਲ ਕਰਨਾ ਚਾਹੀਦਾ ਠੁਕਰਾਣਾ ਨਹੀਂ ਚਾਹੀਦਾ ਲੇਕਿਨ ਮੇਰੀ ਤਰਫੋਂ ਇਹ ਰਿਕੁਐਸਟ ਹੈ ਕਿ ਤੁਹਾਡੀ ਤਰਫੋਂ ਤੋਹਫਾ ਹੋ ਗਿਆ ਬਸ ਇਜਾਜ਼ਤ ਦਿਓ ਤੁਹਾਡੀਆਂ ਮੁਹੱਬਤਾਂ ਤੋਹਫਾ ਹੀ ਕਾਫੀ